ਪੰਜਾਬੀ ਰੇਡੀਓ ਜੋ ਐਸ ਐਸ ਹੋ ਰਿਹਾ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ 'ਤੇ ਨਜ਼ਰ, ਖਬਰ 'ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਪੰਨੂ ਜੀ, ਦੱਸਣਗੇ ਕੀ ਕੁਛ ਵਾਪਰ ਰਿਹਾ ਪੰਜਾਬ ਦੇ ਵਿੱਚ, ਭਾਰਤ ਵਿੱਚ, ਹੋਰ ਆਲੇ ਦੁਆਲੇ ਦੀਆਂ ਕੀ ਖਬਰਾਂ ਨੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪੋਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਵਿਰਦੀ ਕਲੋਬਸ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਜਰਨੈਲ ਸਿੰਘ ਲੈਨਬੁੱਡ, ਰਣਵੀਰ ਸਿੰਘ ਰਾਣਾ ਬਿਕਰਸਫੇਰ, ਜਗਤਾਰ ਸਿੰਘ ਆਨੰਦਪੁਰੀ ਫਰੀਮਾਟ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਅਮਰਜੀਤ ਸਿੰਘ ਫਰੈਜ਼ਨੋ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮਾਂ ਨੂੰ ਸਪੋਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ ਤਾਂ ਜੀ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਵਿੰਦਰ ਸਿੰਘ ਦੀ। ਆਹ ਦੋਨੇ ਭਰਾ ਨੇ, ਮਾਲਵਿੰਦਰ ਸਿੰਘ ਤੇ ਸ਼ਵਿੰਦਰ ਸਿੰਘ, ਤੇ ਇੱਕ ਨੂੰ ਪੁਲਿਸ ਨੇ ਫੜ ਲਿਆ। ਐਕਚੁਅਲੀ ਜੀ, ਇਹਨਾਂ ਦੀ ਜਿਹੜੀ ਰੈਨਬੈਕਸੀ ਸੀਗੀ ਜੀ, ਉਹ ਤਾਂ ਹੁਣ ਇਹਨਾਂ ਨੇ ਵੇਚ ਦਿੱਤੀ। ਰੌਲਾ ਜਿਹੜਾ ਨਾ ਜੀ, ਉਹ ਪੈਸੇ ਨੂੰ ਲੈ ਕੇ ਪਿਆ ਹੈ, ਔਰ ਇਹਦੇ ਵਿੱਚ ਸ਼ੇਅਰ ਹੋਲਡਰ ਮਾਮੇ ਭਾਣਜੇ ਸੀਗੇ। ਮਾਮਾ ਜਿਹੜਾ ਜੀ, ਉਹ ਡੇਰੇ ਦਾ ਮੁਖੀ ਹੈ, ਤੇ ਭਾਣਜੇ ਜਿਹੜੇ ਨੇ ਜੀ, ਉਹ ਪੈਸੇ ਪਿੱਛੇ ਲੜਦੇ ਫਿਰਦੇ ਨੇ। ਇਹਦੇ ਵਿੱਚ ਇਹਨਾਂ ਦੇ ਜਿਹੜੇ ਪਰਿਵਾਰ ਦੇ ਸੀਨੀਅਰ ਮੈਂਬਰ ਆ, ਉਹ ਵੀ ਕਈ ਵਾਰੀ ਜਿਹੜੇ ਜੀ ਉਹ ਪਏ ਆ, ਪਰ ਮਾਮਲਾ ਜਿਹੜਾ ਜੀ ਇੱਕ ਦੂਜੇ ਦੇ ਇਹਨਾਂ ਦੇ ਕੁੱਟ ਕਟਾਪੇ ਦੇ ਉੱਤੇ ਵੀ ਜਿਹੜਾ ਗਿਆ ਸੀਗਾ। ਇੱਕ ਨੇ ਦੂਜੇ ਨੂੰ ਮੁੱਕਾ ਜਿਹੜਾ ਜੀ ਉਹ ਮਾਰ ਦਿੱਤਾ ਸੀਗਾ। ਇੱਕ ਪਾਸੇ ਜਿਹੜੇ ਉੱਥੇ ਜ਼ਮੀਨਾਂ ਦੇ ਉੱਤੇ ਕਬਜ਼ੇ ਹੋ ਰਹੇ ਆ, ਉਹਨੂੰ ਲੈ ਕੇ ਬਲਦੇਵ ਸਿੰਘ ਸਰਸਾ ਵਰਗੇ ਜਿਹੜੇ ਆ ਜੀ, ਉਹ ਉੱਥੇ ਐਜੀਟੇਸ਼ਨ ਕਰ ਰਹੇ ਆ। ਚੁੱਕੇ ਜਿਹੜਾ ਜੀ ਪੁਲਿਸ ਉਹਨਾਂ ਨੂੰ ਲੈ ਗਈ ਆ। ਬਲਦੇਵ ਸਿੰਘ ਸਰਸਾ ਨੇ ਤਾਂ ਜ਼ਮਾਨਤ ਕਰਵਾਉਣ ਤੋਂ ਨਾ ਜਿਹੜੀ ਆ ਜੀ ਉਹ ਕਰ ਦਿੱਤੀ ਆ। ਪਰ ਉਹਦਾ ਦੂਜਾ ਪੱਖ ਦੇਖੋ ਕਿ ਫਾਰਮਾ ਕੰਪਨੀ ਰਣਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਨੂੰ ਪੁਲਿਸ ਨੇ ਜਿਹੜੇ ਉੱਥੋਂ ਭਾਰਤੀ ਸਮੇਂ ਮੁਤਾਬਕ ਲੇਟ ਨਾਈਟ ਜਿਹੜਾ ਅਰੈਸਟ ਕੀਤਾ। ਮਾਲਵਿੰਦਰ ਸਿੰਘ ਨੂੰ ਪੰਜਾਬ ਦੇ ਲੁਧਿਆਣਾ ਤੋਂ ਆਰਥਿਕ ਅਪਰਾਧ ਵਿੰਗ ਦੀ ਟੀਮ ਨੇ ਅਰੈਸਟ ਕੀਤਾ। ਇਹਦੋਂ ਪਹਿਲਾਂ ਦਿੱਲੀ ਦੀ ਪੁਲਿਸ ਨੇ ਸ਼ਿਵਿੰਦਰ ਨੂੰ ਧੋਖਾਦੇਹੀ ਤੇ ਧੋਖਾਦੇਹੀ ਦੇ ਦੋਸ਼ ਦੇ ਵਿੱਚ ਜਿਹੜਾ ਜੀ ਉਹ ਗ੍ਰਿਫਤਾਰ ਕੀਤਾ ਸੀਗਾ। ਮਾਲਵਿੰਦਰ ਦੀ ਗ੍ਰਿਫਤਾਰੀ ਤੋਂ ਪਹਿਲਾਂ ਸਾਬਕਾ ਫੋਰਟਿਸ ਤੇ ਪ੍ਰਮੋਟਰ ਸ਼ਿਵਿੰਦਰ ਸਿੰਘ ਸਣੇ ਚਾਰ ਲੋਕਾਂ ਨੂੰ ਦਿੱਲੀ ਪੁਲਿਸ ਦੀ ਜਿਹੜੀ ਆਰਥਿਕ ਅਪਰਾਧ ਸ਼ਾਖਾ ਹੈ ਉਹਨੇ ਗ੍ਰਿਫਤਾਰ ਕੀਤਾ ਸੀਗਾ। ਦਿੱਲੀ ਪੁਲਿਸ ਨੇ ਉਹਨਾਂ ਨੂੰ ਰੈਲੀਗੇਅਰ ਐਂਟਰਪ੍ਰਾਈਜ਼ ਲਿਮਿਟਡ ਨੂੰ ਮਿਲੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਗ੍ਰਿਫਤਾਰ ਕੀਤਾ ਹੈ। ਰੈਲੀਗੇਅਰ ਦਾ ਦੋਸ਼ ਹੈ ਕਿ ਇਹਨਾਂ ਤਿੰਨਾਂ ਵਿਅਕਤੀਆਂ ਨੇ ਕੰਪਨੀ ਤੋਂ ਪ੍ਰਾਪਤ ਕੀਤੇ ਫੰਡਾਂ ਦੇ ਵਿੱਚ ਹੇਰਾਫੇਰੀ ਕੀਤੀ ਤੇ ਬਿਨਾਂ ਜਾਣਕਾਰੀ ਤੋਂ ਇਹਨੂੰ ਅਗਾਂਹ ਜਿਹੜਾ ਜੀ ਉਹ ਮੋੜ ਦਿੱਤਾ। ਸ਼ਿਵਿੰਦਰ ਦੇਸ਼ ਦੀ ਪ੍ਰਮੁੱਖ ਫਾਰਮਾਸਿਟੀਕਲ ਕੰਪਨੀ ਰੈਨਬੈਕਸੀ ਦੇ ਪ੍ਰਮੋਟਰ ਵੀ ਜਿਹੜੇ ਜੀ ਉਹ ਰਹਿ ਚੁੱਕੇ ਨੇ। ਮਾਲਵਿੰਦਰ ਨੂੰ ਤਾਂ ਗ੍ਰਿਫਤਾਰ ਕਰ ਲਿਆ, ਔਰ ਇਹ ਪਤਾ ਲੱਗਾ ਹੈ ਕਿ ਜਿਹੜਾ ਇਹਦਾ ਦੂਸਰਾ ਭਰਾ ਹੈ ਉਹਨੂੰ ਜਿਹੜਾ ਜੀ ਦਿੱਲੀ ਦੀ ਜਿਹੜੀ ਅਪਰਾਧਿਕ ਸ਼ਾਖਾ ਉਹਨੇ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਸੋ ਵੱਡੇ ਲੋਕਾਂ ਦੀਆਂ ਵੱਡੀਆਂ ਜਿਹੜੀਆਂ ਜੀ ਉਹ ਗੱਲਾਂ ਨੇ। ਤੁਹਾਨੂੰ ਇਹ ਵੀ ਯਾਦ ਹੋਣਾ ਕਿ ਇਹਨਾਂ ਦੇ ਵਿੱਚੋਂ ਜਿਹੜਾ ਇਹ ਵੱਡਾ ਭਰਾ ਜੀ ਉਹਨੇ ਕੁਛ ਸਮਾਂ ਪਹਿਲਾਂ ਇਹ ਐਲਾਨ ਕੀਤਾ ਸੀਗਾ ਕਿ ਉਹਦੀ ਉਹ ਪੈਸੇ ਪੂਸੇ ਤੋਂ ਤਾਂ ਪਾਸੇ ਹੋ ਰਿਹਾ, ਕਿਉਂਕਿ ਇਹ ਸਮਝਿਆ ਜਾ ਰਿਹਾ ਸੀਗਾ ਕਿ ਜਿਵੇਂ ਮੌਜੂਦਾ ਪ੍ਰਧਾਨ ਨੇ ਆਪਣੇ ਮਾਮੇ ਤੋਂ ਗੱਦੀ ਲਈ ਸੀ, ਇਹ ਮਾਮਾ ਜਿਹੜਾ ਜੀ ਅਗਲੇ ਭਾਣਜੇ ਨੂੰ ਗੱਦੀ ਜਿਹੜੀ ਦੇਣ ਜਾ ਰਿਹਾ। ਤਾਂ ਉਦੋਂ ਇਹ ਵੀ ਗੱਲ ਉੱਡੀ ਸੀਗੀ ਕਿ ਦੀਨ ਦੁਨੀਆ ਤੋਂ ਜਿਹੜਾ ਜੀ ਉਹ ਲਾਂਭੇ ਹੋ ਰਿਹਾ ਪੈਸੇ ਪੂਸੇ ਦੇ ਲਾਲਚ ਤੋਂ, ਪਰ ਅਸਲ ਕਹਾਣੀ ਕੀ ਸੀ ਆ ਹੁਣ ਸਾਹਮਣੇ ਆ ਰਹੀ ਹੈ ਜੀ। ਜੀ ਜੀ, ਇਹਨਾਂ ਦੀਆਂ ਗੱਲਾਂ ਦੇ ਪਿੱਛੇ ਬਹੁਤ ਕੁਛ ਲੁਕਿਆ ਪਿਆ ਹੁੰਦਾ, ਪੋਲਿਟਿਕਸ ਹੀ ਹੈ ਸਾਰੀ। ਤਾਂ ਅੱਗੇ ਕਰਤਾਰਪੁਰ ਦੇ ਲਾਂਘੇ ਨੂੰ ਲੈ ਕੇ ਬੜਾ ਭੰਬਲ ਭੁੱਸਾ ਆਇਆ, ਉਸ ਦੀ ਹਜੇ ਤੱਕ ਕੋਈ ਫਾਈਨਲ ਡੇਟ ਨਹੀਂ ਹੋਈ। ਐਕਚੁਅਲੀ ਹੁਣ ਤੱਕ ਤਾਂ ਪਹਿਲਾਂ ਜਿਹੜਾ ਜੀ ਇਹ ਕਿਹਾ ਜਾ ਰਿਹਾ ਸੀਗਾ ਕਿ ਪਾਕਿਸਤਾਨ ਦੇ ਵੱਲੋਂ ਬਕਾਇਦਾ ਕਿ 9 ਤਰੀਕ ਨੂੰ ਉਹ 9 ਨਵੰਬਰ ਨੂੰ ਕਰਤਾਰਪੁਰ ਕੋਰੀਡੋਰ ਦਾ ਜਿਹੜਾ ਜੀ ਉਹ ਉਦਘਾਟਨ ਕਰੂਗਾ, ਪਰ ਅੱਜ ਜਿਹੜੀ ਇਹਦੀ ਜਿਹੜੀ ਖਬਰ ਆ ਰਹੀ ਆ ਉਹ ਇਹ ਕਹਿ ਰਹੀ ਆ ਕਿ ਕਰਤਾਰਪੁਰ ਲਾਂਘੇ ਦੇ ਉਦਘਾਟਨ ਦੇ ਵਾਸਤੇ ਪਾਕਿਸਤਾਨ ਕਹਿੰਦਾ ਕਿ ਉਹਨੇ ਅਜੇ ਕੋਈ ਤਰੀਕ ਨਿਸ਼ਚਿਤ ਨਹੀਂ ਕੀਤੀ। ਹਾਲਾਂਕਿ ਇਹਦੇ ਵਿੱਚ ਇਹ ਵੀ ਭਰੋਸਾ ਦਵਾਇਆ ਗਿਆ ਕਿ ਇਹ ਜਿਹੜਾ 550 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਦੇ ਉੱਤੇ ਇਹਨੂੰ ਸਮੇਂ ਸਿਰ ਸ਼ੁਰੂ ਕਰ ਦਿੱਤਾ ਜਾਊਗਾ। ਇੱਕ ਮਹੀਨਾ ਪਹਿਲਾਂ ਕੋਰੀਡੋਰ ਪ੍ਰੋਜੈਕਟ ਦੇ ਜਿਹੜੇ ਹੈੱਡ ਨੇ ਉਹਨੇ ਇਹ ਗੱਲ ਕਹੀ ਸੀ ਕਿ ਪਾਕਿਸਤਾਨ 9 ਨਵੰਬਰ ਤੋਂ ਭਾਰਤ ਤੋਂ ਆਉਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਕਰਤਾਰਪੁਰ ਆਉਣ ਦੀ ਆਗਿਆ ਜਿਹੜੀ ਜੀ ਉਹ ਦੇਊਗਾ। ਜਿਹੜਾ ਇੱਥੇ ਇਹਨਾਂ ਦਾ ਫੋਰਨ ਅਫੇਅਰ ਮਿਨਿਸਟਰੀ ਆ ਜੀ ਉਹਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇੱਕ ਜਿਹੜੀ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਦੇ ਵਾਅਦੇ ਦੇ ਮੁਤਾਬਕ ਕਰਤਾਰਪੁਰ ਲਾਂਘੇ ਦਾ ਕੰਮ ਸਮੇਂ ਸਿਰ ਪੂਰਾ ਕਰ ਦਿੱਤਾ ਜਾਊਗਾ। ਇਹਦਾ ਉਦਘਾਟਨ ਸਮੇਂ ਦੇ ਉੱਤੇ ਹੋਊਗਾ, ਪਰ ਉਹਨਾਂ ਨੇ ਕਿਹਾ
ਕਿ ਇਹਦੇ ਸ਼ੁਰੂ ਹੋਣ ਦੇ ਵਾਸਤੇ ਕੋਈ ਤਰੀਕ ਨਹੀਂ ਦੇ ਸਕਦੇ ਕਿਉਂਕਿ ਇਹਦੀ ਤਰੀਕ ਅਜੇ ਤੈਅ ਨਹੀਂ ਜਿਹੜੀ ਜੀ ਉਹ ਕੀਤੀ ਗਈ। ਨਾਲ ਦੀ ਨਾਲ ਉਹਨਾਂ ਨੇ ਪੱਤਰਕਾਰਾਂ ਦੇ ਸਵਾਲ ਦਾ ਜਵਾਬ ਦਿੰਦਿਆਂ ਇਹ ਵੀ ਗੱਲ ਕਹੀ ਆ ਕਿ ਇਹ ਲਾਂਘਾ 12 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਖੋਲਿਆ ਜਾਊਗਾ, ਪਰ ਕੀ ਇਹਦਾ ਉਦਘਾਟਨ 9 ਨੂੰ ਹੋਊਗਾ ਇਹ ਅਜੇ ਉਹ ਕਲੀਅਰ ਜਿਹੜਾ ਜੀ ਉਹ ਨਹੀਂ ਕਰ ਰਹੇ। ਪ੍ਰਸਤਾਵਿਤ ਕੋਰੀਡੋਰ ਕਰਤਾਰਪੁਰ ਦੇ ਜਿਹੜਾ ਦਰਬਾਰ ਸਾਹਿਬ ਨੂੰ ਪੰਜਾਬ ਦੇ ਗੁਰਦਾਸਪੁਰ ਡਿਸਟ੍ਰਿਕਟ ਦੇ ਡੇਰਾ ਬਾਬਾ ਨਾਨਕ ਦੇ ਨਾਲ ਜੋੜਿਆ ਜਾਣਾ ਹੈ। ਭਾਰਤੀ ਸ਼ਰਧਾਲੂ ਜਿਹੜੇ ਨੇ ਜੀ ਵੀਜ਼ਾ ਮੁਕਤ ਯਾਤਰਾ ਕਰ ਸਕਣਗੇ, ਉੱਥੇ ਉਹਨਾਂ ਨੂੰ ਸਿਰਫ ਜਿਹੜਾ ਜੀ ਇੱਕ ਪਰਮਿਟ ਹਾਸਲ ਕਰਨਾ ਹੋਊਗਾ, ਫਿੰਗਰ ਪ੍ਰਿੰਟ ਉਹਨਾਂ ਦੇ ਜਿਹੜੇ ਦੀ ਲਏ ਜਾਣਗੇ ਉੱਥੇ। ਔਰ ਇਹਦੇ ਜਿਹੜੇ ਪ੍ਰੋਜੈਕਟ ਡਾਇਰੈਕਟਰ ਨੇ ਆਸਿਫ ਮਜੀਦ, ਉਹਨੇ 16 ਸਪਤੰਬਰ ਨੂੰ ਜਿਹੜਾ ਨਾਰੋਵਾਲ ਦੇ ਵਿੱਚ ਕਰਤਾਰਪੁਰ ਲਾਂਘੇ ਲਈ ਵਿਦੇਸ਼ੀ ਪੱਤਰਕਾਰਾਂ ਦੇ ਦੌਰੇ ਦੇ ਦੌਰਾਨ ਕਿਹਾ ਸੀਗਾ ਕਿ ਇਹਦਾ ਕੰਮ 86% ਕੰਪਲੀਟ ਹੋ ਚੁੱਕਾ ਹੈ ਤੇ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੋਲਿਆ ਜਾਊਗਾ। ਇਹਦੇ ਵਿੱਚ ਕੀ ਅੜਚਨ ਜਿਹੜੀ ਹੈ ਜੀ ਉਹ ਆ ਰਹੀ ਹੈ, ਇਹਦਾ ਕੋਈ ਕਲੈਰੀਫਿਕੇਸ਼ਨ ਤਾਂ ਨਹੀਂ ਦਿੱਤੀ, ਪਰ ਸੰਭਾਵੀ ਰੂਪ ਦੇ ਵਿੱਚ ਇਹਦੀ ਕੰਸਟਰਕਸ਼ਨ ਦਾ ਕੋਈ ਨਾ ਕੋਈ ਜਿਹੜਾ ਜੀ ਉਹ ਜੁੜਿਆ ਹੋਇਆ ਮਾਮਲਾ ਹੋ ਸਕਦਾ, ਜਿਹਦੇ ਕਰਕੇ ਹੋ ਸਕਦਾ 9 ਨੂੰ ਨਹੀਂ ਤਾਂ ਇੱਕ ਅੱਧਾ ਦਿਨ ਜਿਹੜਾ ਜੀ ਅੱਗੇ ਪੈ ਜਾਵੇ ਇਹਦੇ ਖੁੱਲਣ ਦੀ ਤਰੀਕ, ਜਿਹੋ ਜਿਹੇ ਇਸ਼ਾਰੇ ਦਿਸ ਰਹੇ ਹੈ। ਤੇ ਅੱਗੇ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਦੀ ਜੇ ਗੱਲ ਕਰੀਏ ਤਾਂ ਉਸਨੇ ਕਿਹਾ ਕਿ ਜੇ ਕਸ਼ਮੀਰ ਦੇ ਵਿੱਚ ਸਾਰਾ ਕੁਝ ਠੀਕ ਠਾਕ ਆ ਤਾਂ ਫਿਰ 9 ਲੱਖ ਫੌਜੀ ਉੱਥੇ ਕੀ ਕਰ ਰਹੇ? ਕਦੇ ਉਹਨੇ ਟਵੀਟ ਜਿਹੜਾ ਜੀ ਉਹ ਕੀਤਾ ਇਹ ਦੇਰ ਬਾਅਦ, ਕਿਉਂਕਿ ਇਹ ਸਾਰੇ ਜਿਹੜੇ ਜੀ ਅਰੈਸਟ ਰਹੇ ਆ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਹੈ ਜੀ ਮਹਿਬੂਬਾ ਮੁਫਤੀ, ਉਹਨੇ ਇਹ ਗੱਲ ਕਹੀ ਆ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਵੋਟਾਂ ਦੇ ਵਾਸਤੇ ਜਵਾਨਾਂ ਦਾ ਕਾਰਡ ਜਿਹੜਾ ਜੀ ਉਹ ਖੇਡ ਰਹੀ ਆ। ਉਹਨੇ ਟਵੀਟ ਦੇ ਵਿੱਚ ਲਿਖਿਆ ਕਿ ਜੇ ਜੰਮੂ ਕਸ਼ਮੀਰ ਦੇ ਵਿੱਚ ਸਾਰਾ ਕੁਝ ਠੀਕ ਠਾਕ ਹੈ ਤਾਂ ਫਿਰ 9 ਲੱਖ ਜਿਹੜੇ ਸੈਨਿਕ ਆ ਉੱਥੇ ਕੀ ਕਰ ਰਹੇ ਆ। ਔਰ ਇਹ ਵੀ ਉਹਨੇ ਲਿਖਿਆ ਕਿ ਇਹ ਪਾਕਿਸਤਾਨ ਦੇ ਵੱਲੋਂ ਕਿਸੇ ਸੰਭਾਵੀ ਹਮਲੇ ਦੇ ਰੋਕਣ ਦੇ ਵਾਸਤੇ ਉੱਥੇ ਨਹੀਂ ਬਲਕਿ ਵਿਰੋਧ ਪ੍ਰਦਰਸ਼ਨ ਨੂੰ ਦਬਾਉਣ ਦੇ ਵਾਸਤੇ ਉੱਥੇ ਨੇ। ਇਹ ਵੀ ਕਿਹਾ ਗਿਆ ਕਿ ਜਿਹੜੀ ਫੌਜ ਹੈ ਉਹਦੀਆਂ ਜ਼ਿੰਮੇਵਾਰੀਆਂ ਜਿਹੜੀਆਂ ਸਰਹੱਦਾਂ ਦੀ ਸੁਰੱਖਿਆ ਕਰਨੀਆਂ ਹੁੰਦੀਆਂ ਨੇ, ਨਾ ਕਿ ਲੋਕਾਂ ਦੇ ਵਿੱਚ ਪੈਦਾ ਹੋਏ ਸਵਾਲਾਂ ਨੂੰ ਕੁਚਲਣਾ। ਉਹਨੇ ਇਹ ਗੱਲ ਜਿਹੜੀ ਦੀ ਆਪਣੇ ਟਵੀਟ ਦੇ ਵਿੱਚ ਲਿਖੀ ਆ। ਉੱਧਰ ਰਾਜ ਦੇ ਵਿੱਚ 370 ਹਟਾਏ ਜਾਣ ਤੋਂ ਬਾਅਦ ਨਿਗਰਾਨੀ ਦੇ ਵਿੱਚ ਰੱਖੇ ਗਏ 3 ਨੇਤਾ ਜਿਹੜੇ ਨੇ, ਯਾਵਰ ਮੀਰ PDP ਦੇ, ਸ਼ੋਏਬ ਲੋਨ ਕਾਂਗਰਸ ਦੇ, ਨੂਰ ਮੁਹੰਮਦ ਨੈਸ਼ਨਲ ਕਾਨਫਰੰਸ ਦੇ, ਇਹਨਾਂ ਨੂੰ ਰਿਹਾਅ ਜਿਹੜਾ ਜੀ ਉਹ ਕੀਤਾ ਗਿਆ। ਔਰ ਜਿਹੜੇ ਵਿਜ਼ਿਟਰ ਨੇ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਵੀ ਜਿਹੜੀ ਆ ਜੀ ਉਹ ਦਿੱਤੀ ਗਈ ਆ। ਮਹਿਬੂਬਾ ਮੁਫਤੀ ਦੀ ਬੇਟੀ ਇਲਤਜ਼ਾ ਨੇ ਟਵੀਟ ਜਿਹੜਾ ਜੀ ਕੀਤਾ, ਉਹਨੇ ਇਹ ਕਿਹਾ ਕਿ ਸੱਚਾਈ ਇਹ ਆ ਕਿ ਕਸ਼ਮੀਰੀਆਂ ਨੂੰ ਤੋਪਾਂ ਦਾ ਚਾਰਾ ਮੰਨਿਆ ਜਾਂਦਾ ਔਰ ਜੰਮੂ ਘਾਟੀ ਦੇ ਵਿੱਚ ਅਸ਼ਾਂਤੀ ਫੈਲਾਉਣ ਦੇ ਵਾਸਤੇ ਜਿਹੜੀ ਫੌਜ ਹੈ ਉਹਨੂੰ ਮੋਹਰੇ ਦੇ ਵਾਂਗੂ ਇਸਤੇਮਾਲ ਕੀਤਾ ਜਾਂਦਾ। ਇਹ ਵੀ ਕਿਹਾ ਜੀ ਕਿ ਜਿਹੜੀ ਸਰਕਾਰ ਹੈ ਕੇਂਦਰ ਦੀ ਉਹਨੂੰ ਨਾ ਜਵਾਨਾਂ ਤੇ ਨਾ ਕਸ਼ਮੀਰੀਆਂ ਦੀ ਕੋਈ ਚਿੰਤਾ, ਉਹਨੂੰ ਸਿਰਫ ਚੋਣਾਂ ਜਿੱਤਣ ਦੀ ਜਿਹੜੀ ਹੈ ਜੀ ਉਹ ਚਿੰਤਾ ਹੈ। ਉਧਰ ਰਾਜ ਦੇ ਵਿੱਚ 370 ਹਟਾਏ ਜਾਣ ਤੋਂ ਬਾਅਦ ਜਿਹੜੇ ਵਿਜ਼ਿਟਰ ਨੇ ਉਹਨਾਂ ਦੇ ਆਉਣ ਦੇ ਉੱਤੇ ਜਿਹੜੀ ਪਾਬੰਦੀ ਲਾਈ ਗਈ ਸੀਗੀ, ਇਸ ਇਹ ਜਿਹੜੀ ਐਡਵਾਈਜ਼ਰੀ ਆ ਇਹਨੂੰ ਵਾਪਸ ਜਿਹੜਾ ਜੀ ਉਹ ਲੈ ਲਿਆ ਗਿਆ। ਇਹ ਆਖਿਆ ਗਿਆ ਕਿ ਜਿਹੜੇ ਵਿਜ਼ਿਟਰ ਨੇ ਉਹ ਹੁਣ ਕਸ਼ਮੀਰ ਘਾਟੀ ਦੇ ਵਿੱਚ ਘੁੰਮਣ ਜਿਹੜੇ ਜਾ ਸਕਦੇ ਆ, ਉਹਨਾਂ ਨੂੰ ਸੁਰੱਖਿਆ ਉਪਲਬਧ ਜਿਹੜੀ ਉੱਥੇ ਕਰਾਈ ਜਾਊਗੀ। ਜਿਹੜਾ ਜੀ ਇਹ ਵੀ ਕਿਹਾ ਗਿਆ ਜੇ ਕਿ ਜਿਹੜੇ ਨਿਗਰਾਨੀ ਦੇ ਵਿੱਚ ਰੱਖੇ ਗਏ ਜਿਹੜੇ ਲੋਕ ਨੇ ਅਜੇ ਉਹਨਾਂ ਦੀ ਰਿਹਾਈ ਦੇ ਵਾਸਤੇ ਕੋਈ ਅਜੇ ਫਰਦਰ ਡਿਟੇਲ ਨਹੀਂ ਮਿਲੀ, ਜਿਹਦੇ ਵਿੱਚ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ, ਉਹਨਾਂ ਦੇ ਉੱਤੇ ਤਾਂ ਗੰਭੀਰ ਕੇਸ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ, ਉਮਰ ਅਬਦੁੱਲਾ ਮਹਿਬੂਬਾ ਮੁਫਤੀ ਇਹ ਸ਼ਾਮਲ ਨੇ, ਔਰ 250 ਦੇ ਕਰੀਬ ਜਿਹੜੇ ਲੋਕ ਨੇ ਉਹਨਾਂ ਨੂੰ ਰਾਜ ਤੋਂ ਬਾਹਰ ਜਿਹੜੀਆਂ ਜੇਲ੍ਹਾਂ ਨੇ ਉਹਦੇ ਵਿੱਚ ਜਿਹੜਾ ਜੀ ਉਹ ਭੇਜਿਆ ਗਿਆ। ਹੁਣ ਸਵਾਲ ਅਜੇ ਜਿਹੜੇ ਜੀ ਉਹ ਜਿਉਂ ਦੇ ਤਿਉਂ ਖੜੇ ਆ, ਚਾਹੇ ਜਿਹੜੀਆਂ ਜੀ ਉੱਥੇ ਪਾਬੰਦੀਆਂ ਵਾਪਸ ਲੈਣ ਦੀ ਗੱਲ ਕੀਤੀ ਜਾ ਰਹੀ ਆ, ਵਿਜ਼ਿਟਰ ਨੂੰ ਦੇ ਵਾਸਤੇ ਜਿਹੜਾ ਜੀ ਉਹ ਖੋਲਿਆ ਗਿਆ, ਸਵਾਲ ਜਿਹੜੇ ਆ ਜੀ ਉਹ ਇਹ ਖੜੇ ਆ ਕਿ ਅਜੇ ਵੀ ਉੱਥੋਂ ਜਿਹੜੀਆਂ ਖਬਰਾਂ ਨੇ ਉਹ ਬਹੁਤ ਜ਼ਿਆਦਾ ਨਹੀਂ ਆ ਰਹੀਆਂ, ਹਾਲਾਂਕਿ ਕੁਛ ਖਬਰਾਂ ਜਿਹੜੀਆਂ ਜਿਹੜੇ ਵਫਦ ਹੋਣ ਜਾਣੇ ਸ਼ੁਰੂ ਹੋਏ ਨੇ ਉਹ ਜ਼ਰੂਰ ਲਿਆ ਰਹੇ ਨੇ, ਜਿਹਦੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਕੁਛ ਗੱਲਾਂ ਸਾਂਝੀਆਂ ਵੀ ਕੀਤੀਆਂ ਸੀ ਕਿ ਕਿਵੇਂ ਐਂਬੂਲੈਂਸ ਤੋਂ ਬਿਨਾਂ, ਡਾਕਟਰਸ ਤੋਂ ਬਿਨਾਂ ਜਿਹੜੇ ਜੀ ਉਹ ਲੋਕ ਮਰ ਰਹੇ ਆ। ਇੱਕ ਡਾਕਟਰ ਨੇ ਇੱਥੋਂ ਤੱਕ ਕਿਹਾ ਸੀ ਕਿ ਉਹਦੇ 12 ਮਰੀਜ਼ ਜਿਹੜੇ ਹੁਣ ਤੱਕ ਮੌਤ ਦੇ ਮੂੰਹ ਪੈ ਚੁੱਕੇ ਆ ਕਿਉਂਕਿ ਉਹਨਾਂ ਨੂੰ ਸਮੇਂ ਸਿਰ ਦਵਾਈਆਂ ਉਪਲਬਧ ਨਹੀਂ ਸੀ ਹੋ ਸਕੀਆਂ। ਬਹੁਤ ਸਾਰੇ ਲੋਕ ਆ ਜੀ ਇਹਨਾਂ ਨੇ ਚੱਕ ਚੱਕ ਵੀ ਮਾਰ ਦਿੱਤੇ ਆ,
ਬੱਚਿਆਂ ਤੱਕ ਜਿਹੜੇ ਉਹ ਵਿਚਾਰੇ ਦਵਾਈ ਬਿਨਾਂ ਹੀ ਚਲੇ ਗਏ ਆ। ਤਾਂ ਅੱਗੇ ਗੱਲ ਕਰਦੇ ਹਾਂ PMC ਬੈਂਕ ਦੀ ਜੋ ਮੁੰਬਈ ਦੇ ਵਿੱਚ ਹੈ, ਜਿਨ੍ਹਾਂ ਲੋਕਾਂ ਦੇ ਪੈਸੇ ਫਸ ਗਏ ਸੀ ਉਹਨਾਂ ਨੇ ਇੱਕ ਵੱਡਾ ਮੁਜ਼ਾਹਰਾ ਕੀਤਾ। ਉਹਦੀ ਇੱਥੇ ਲੋਕਾਂ ਨੂੰ ਸਮਝ ਨਹੀਂ ਜਿਹੜੀ ਦੀ ਉਹ ਆ ਰਹੀ ਕਿ ਇਹ ਹੋਇਆ ਕੀ, ਔਰ ਜਿਹੜਾ ਪੈਨਿਕ ਹੈ ਨਾ ਜੀ ਉਹ ਓਵਰਆਲ ਕ੍ਰੀਏਟ ਹੋਇਆ ਪਿਆ ਇਸ ਬੈਂਕ ਦੇ ਜਿਹੜੇ ਪੈਸੇ ਜਿਹੜੇ ਜ਼ਬਤ ਕਰ ਲਏ ਗਏ ਆ RBI ਦੇ ਵੱਲੋਂ। 11,000 ਕਰੋੜ ਰੁਪਈਆ ਲੋਕਾਂ ਦਾ ਫਸ ਗਿਆ। ਗਲਤੀਆਂ ਜਿਹੜੀਆਂ ਜੀ ਉਹ ਡਾਇਰੈਕਟਰ ਨੇ ਕੀਤੀਆਂ ਨੇ, ਪੈਸਾ ਆਮ ਲੋਕਾਂ ਦਾ ਜਿਹੜਾ ਜੀ ਉਹ ਜ਼ਬਤ ਵਾਲੀ ਸਥਿਤੀ ਦੇ ਵਿੱਚ ਚਲੇ ਗਿਆ। ਪੰਜਾਬ ਐਂਡ ਮਹਾਰਾਸ਼ਟਰ ਕੋਆਪਰੇਟਿਵ ਬੈਂਕ ਦੇ ਉੱਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਜਿਹੜੇ ਇਹ ਅਕਾਊਂਟ ਹੋਲਡਰ ਨੇ ਉਹਨਾਂ ਨੇ ਮੁੰਬਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ। ਮਹਾਰਾਸ਼ਟਰ ਦੇ ਵਿੱਚ ਇਲੈਕਸ਼ਨਾਂ ਵੀ ਜਿਹੜੀਆਂ ਜੀ ਉਹ ਹੋ ਰਹੀਆਂ ਨੇ, ਔਰ ਪ੍ਰਦਰਸ਼ਨਕਾਰੀਆਂ ਨੇ ਇਹ ਉਹਨਾਂ ਦਾ ਇਹ ਕਹਿਣਾ ਕਿ ਉਹਨਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ ਹੈ ਕਿ ਕਿਹਨੇ ਬੈਂਕ ਦੇ ਵਿੱਚ ਕੀਤਾ। ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਉਹਨਾਂ ਦੇ ਪੈਸੇ ਦਾ ਕੀ ਬਣੂਗਾ, ਔਰ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਇਹ ਪੈਸਾ ਵਾਪਸ ਮਿਲਣਾ ਚਾਹੀਦਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਜਿਹੜੇ ਆ ਜੀ ਉਹਨੇ ਜਦੋਂ ਮੁੰਬਈ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪਹੁੰਚੀ ਤਾਂ ਉੱਥੇ ਅਕਾਊਂਟ ਹੋਲਡਰ ਜਿਹੜੇ ਸੀਗੇ ਉਹਨਾਂ ਨੇ ਨਾਅਰੇਬਾਜ਼ੀ ਕੀਤੀ। ਅਕਾਊਂਟ ਹੋਲਡਰ ਕਹਿ ਰਹੇ ਸੀਗੇ ਬੈਂਕ ਦੇ ਉੱਤੇ ਲੱਗੀ ਪਾਬੰਦੀ ਨੂੰ ਤੁਰੰਤ ਹਟਾਇਆ ਜਾਵੇ, ਉਹਨਾਂ ਦਾ ਪੈਸਾ ਵਾਪਸ ਉਹਨਾਂ ਨੂੰ ਉੱਥੋਂ ਚਾਹੀਦਾ। ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਇੱਕ ਬੰਦੇ ਨੇ ਇਹ ਗੱਲ ਕਹੀ ਕਿ ਅਸੀਂ ਦੇਸ਼ ਦੇ ਵਿੱਚ ਟੈਕਸ ਭਰਨ ਵਾਲੇ ਲੋਕ ਹਾਂ, ਸਾਡੇ ਪੈਸਿਆਂ ਦੇ ਨਾਲ ਜਿਹੜਾ ਜੀ ਉਹ ਜਹਾਜ਼ ਖਰੀਦੇ ਜਾ ਸਕਦੇ ਨੇ। ਇਹ ਵੀ ਕਿਹਾ ਕਿ ਅਸੀਂ ਸਰਦਾਰ ਹੈ, ਅਸੀਂ ਬਾਰਡਰ ਦੇ ਉੱਤੇ ਸਰਹੱਦਾਂ 'ਤੇ ਲੜਦੇ ਹਾਂ। ਪੰਜਾਬ ਦੇ ਵਿੱਚ ਪ੍ਰਧਾਨ ਮੰਤਰੀ ਜਦੋਂ ਜਾਂਦੇ ਨੇ ਤਾਂ ਉਹ ਪੱਗ ਪਾ ਕੇ ਸਰਦਾਰਾਂ ਦੇ ਵਿੱਚ ਬਹਿੰਦੇ ਆ, ਔਰ ਉਹਨਾਂ ਦੀਆਂ ਭਲਾਈ ਦੀਆਂ ਗੱਲਾਂ ਕਰਦੇ ਆ। ਪਰ ਉਹਨਾਂ ਨੇ ਕਿਹਾ ਕਿ ਅੱਜ ਸਰਕਾਰ ਵੇਖੇ ਕਿ ਇੱਥੇ ਸਾਡੇ ਨਾਲ ਕੀ ਹੋ ਰਿਹਾ, ਕਿਉਂਕਿ ਇਹ ਜਿਹੜਾ ਬੈਂਕ ਹੈ ਇਹ ਸਿੱਖ ਭਾਈਚਾਰੇ ਨੇ ਸਥਾਪਿਤ ਕੀਤਾ ਸੀਗਾ, ਜਿਹੜੇ ਖਾਸ ਤੌਰ ਦੇ ਉੱਤੇ ਪੁਰਾਣੇ ਟਰਾਂਸਪੋਰਟਰ ਨੇ, ਤਾਂ ਬਹੁਤੇ ਖਾਤੇ ਜਿਹੜੇ ਇਹਦੇ ਵਿੱਚ ਉਹ ਸਿੱਖ ਭਾਈਚਾਰੇ ਦੇ ਨੇ, ਜਿਹੜਾ ਪੁਰਾਣਾ ਜਾ ਕੇ ਮਹਾਰਾਸ਼ਟਰ ਦੇ ਵਿੱਚ ਮੁੰਬਈ ਦੇ ਵਿੱਚ ਜਿਹੜਾ ਜੀ ਉਹ ਵਸਿਆ ਹੋਇਆ। ਇੱਕ ਅਕਾਊਂਟ ਹੋਲਡਰ ਜਿਹੜਾ ਸੀਗਾ ਜੀ ਉਹਨੇ ਗੁੱਸੇ ਦੇ ਵਿੱਚ ਇਹ ਗੱਲ ਜਿਹੜੀ ਆਖੀ ਕਿ ਅਸੀਂ ਲੰਗਰ ਚਲਾਉਣ ਵਾਲੇ ਲੋਕ ਆ, ਅੱਜ ਅਸੀਂ ਭੀਖ ਮੰਗਣ ਦੇ ਵਾਸਤੇ ਮਜਬੂਰ ਹੋ ਗਏ ਹਾਂ, ਤੇ ਸਰਕਾਰ ਜਿਹੜੀ ਆ ਜੀ ਉਹ ਆਰਾਮ ਦੇ ਨਾਲ ਸੌਂ ਰਹੀ ਹੈ, ਸਾਡੀ ਗੱਲ ਹੀ ਕੋਈ ਨਹੀਂ ਜਿਹੜਾ ਜੀ ਉਹ ਸੁਣ ਰਹੀ। ਵਿੱਤ ਮੰਤਰੀ ਨੇ ਇਹ ਗੱਲ ਕਹੀ ਕਿ ਜਿਹੜਾ ਵਿੱਤ ਮੰਤਰਾਲੇ ਦਾ ਇਹ PMC ਬੈਂਕ ਮਾਮਲੇ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋ ਸਕਦਾ, ਕਿਉਂਕਿ ਉਹਨੇ ਕਿਹਾ ਕਿ PMC ਬੈਂਕ ਜਿਹੜਾ ਜੀ ਉਹ RBI ਦੇ ਅੰਡਰ ਹੈ। ਉਹਨੇ ਕਿਹਾ ਕਿ ਮੈਂ ਮੰਤਰਾਲਿਆਂ ਦੇ ਵਿੱਚ ਜਿਹੜਾ ਜੀ ਇਹ ਗੱਲ ਕਿਹਾ ਕਿ ਇਹਦੇ ਇਹਦੇ ਕੁਛ ਨਾ ਕੁਛ ਫਰਦਰ ਜਿਹੜਾ ਜੀ ਉਹ ਦੇਖਿਆ ਜਾਵੇ। ਵਿੱਤ ਮੰਤਰੀ ਨੇ ਵੀ ਕਹਿਤਾ ਕਿ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ਨੂੰ ਰੋਕਣ ਦੇ ਵਿੱਚ ਜਿਹੜਾ ਦਿਸ਼ਾ ਦੇ ਵਿੱਚ ਕੰਮ ਕਰ ਰਹੇ ਹਾਂ, ਜ਼ਰੂਰਤ ਪਈ ਤਾਂ ਐਕਟ ਬਦਲਾਂਗੇ, ਪਰ ਅਜੇ ਕੁਛ ਨਹੀਂ ਕਹਿ ਸਕਦੇ। ਐਕਟ ਬਦਲਣਗੇ ਨਹੀਂ ਬਦਲਣਗੇ, ਕੀ ਹੋਊਗਾ ਕੀ ਨਹੀਂ, ਸਵਾਲ ਤਾਂ ਲੋਕੀ ਇਹ ਪੁੱਛ ਰਹੇ ਕਿ ਉਹਨਾਂ ਦੇ 11,000 ਕਰੋੜ ਰੁਪਈਏ ਦਾ ਕੀ ਬਣਿਆ, ਉਹਨਾਂ ਨੂੰ ਕਦੋਂ ਜਿਹੜਾ ਜੀ ਵਾਪਸ ਮਿਲੂ, ਇਹਦੇ ਬਾਰੇ ਕੁਛ ਵੀ ਜਿਹੜਾ ਜੀ ਜਵਾਬ ਮੰਤਰੀ ਨੇ ਨਹੀਂ ਦਿੱਤਾ। ਇੰਨੇ ਕਰੋੜ ਹੈ, ਜ਼ਿਆਦਾ ਕਰੋੜ ਆਇਆ ਜੀ ਜੋ ਇਹਨਾਂ ਦੇ ਬੰਦੇ ਚੱਕ ਕੇ ਲੈ ਗਏ, ਕਿਸੇ ਨੂੰ ਨਹੀਂ ਮਿਲਣਾ। ਅਤੇ ਅੱਗੇ ਬਰਨਾਲੇ ਦੇ ਵਿੱਚ ਕਿਸੇ ਨੇ ਡਰੋਨ ਉਡਾਇਆ, ਲੋਕ ਇੰਨਾ ਡਰ ਗਏ ਆ ਕਿ ਉਸ ਡਰੋਨ ਦੀ ਸ਼ਿਕਾਇਤ ਹੋ ਗਈ, ਪੁਲਿਸ ਉਸ ਬੰਦੇ ਨੂੰ ਲੱਭਦੀ ਫਿਰਦੀ ਆ ਕਿਹਨੇ ਡਰੋਨ ਉਡਾਇਆ ਸੀ। ਕੱਲ ਵੀ ਗੱਲ ਕੀਤੀ ਸੀ ਜੀ ਕਿ ਸਰਹੱਦੀ ਖੇਤਰ ਦੇ ਲੋਕ ਤਾਂ ਵਾਕਿਆ ਡਰੇ ਪਏ ਆ ਜੀ, ਇਹ ਨਹੀਂ ਪਤਾ ਕਿ ਡਰੋਨ ਕਹਿ ਕੇ ਕਦੋਂ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜੀ ਜੀ ਉਹ ਹਰਲ ਹਰਲ ਕਰਦੇ ਜਿਹੜੇ ਜੀ ਉਹ ਸੁਰੱਖਿਆ ਦਸਤੇ ਆ ਜਾਣੇ ਆ। ਉੱਥੇ ਇਹ ਕਿਹਾ ਜਾ ਰਿਹਾ ਕਿ ਡਰੋਨ ਤਾਂ ਇੱਦਾਂ ਜਿਹੜਾ ਜੀ ਉਹ ਕਿਹਾ ਜਾ ਰਿਹਾ ਜਿਵੇਂ ਵੱਡੇ ਟਰਾਲੇ ਹੋਣ ਤੇ ਉਹ ਭਰ ਭਰ ਕੇ ਹਥਿਆਰਾਂ ਦੇ ਜਿਹੜੇ ਉਹ ਸੁੱਟ ਰਹੇ ਆ। ਇਹਦੀ ਦਹਿਸ਼ਤ ਜਿਹੜੀ ਆ ਜੀ ਇੰਨੀ ਆ ਕਿ ਇੱਥੇ ਬਰਨਾਲੇ ਦੇ ਵਿੱਚ ਕਚਹਿਰੀ ਰੋਡ ਦੇ ਉੱਤੇ ਜਿਹੜੇ 4 ਜਣੇ ਸੀਗੇ ਜੀ, ਜਿਹਦੇ ਵਿੱਚ 2 ਅਮੈਰੀਕਨ ਵੀ ਦੱਸੇ ਗਏ ਆ, ਵਿਜ਼ਿਟਰ ਵਗੈਰਾ ਹੋਣਗੇ, ਉਹਨਾਂ ਨੇ ਦੁਸਹਿਰੇ ਵਾਲੇ ਦਿਨ 10 ਮਿੰਟ ਤੱਕ ਜਿਹੜਾ ਜੀ ਉਹ ਡਰੋਨ ਉਡਾ ਦਿੱਤਾ ਇੱਥੇ ਜਿਹੜਾ ਜੀ। ਸ਼ਾਇਦ ਉਹ ਡਰੋਨ ਦੇ ਰਾਹੀਂ ਜਿਵੇਂ ਦੁਸਹਿਰੇ ਦੇ ਵਿੱਚ ਗਈ ਭੀੜ ਜਾਂ ਜਿਹੜਾ ਇਹਨੂੰ ਕਿਵੇਂ ਮਨਾਇਆ ਜਾਂਦਾ ਇਹਨੂੰ ਕੈਪਚਰ ਕਰਨ ਵਾਲੇ ਜਿਹੜੇ ਜੀ ਉਹ ਹੋ ਸਕਦੇ ਆ, ਲੋਕ ਡਰ ਗਏ ਜੀ। ਔਰ ਲੋਕਾਂ ਨੇ ਪੁਲਿਸ ਨੂੰ ਤੁਰੰਤ ਸੂਚਨਾ ਦਿੱਤੀ, ਉਦੋਂ ਪਹਿਲਾਂ ਜਿਹੜੇ ਜੀ ਉਹ 10 ਮਿੰਟ ਦੀ ਉੱਥੋਂ ਰਿਕਾਰਡਿੰਗ ਕਰਕੇ ਚਲੇ ਗਏ। ਪਰ ਇਹਦੇ ਨਾਲ ਇੱਕ ਲੋਕਾਂ ਦੇ ਵਿੱਚ ਜਿਹੜੀ ਸੀ ਉਹ ਦਹਿਸ਼ਤ ਫੈਲ ਗਈ। ਇਹ ਜਿਹੜਾ ਜੀ ਕਿਹਾ ਗਿਆ ਕਿ ਇਹ ਸਮਾਜ ਵਿਰੋਧੀ ਲੋਕ ਸੀਗੇ ਜਿਹੜੇ ਕਿ ਡਰੋਨ ਦਾ ਇਸਤੇਮਾਲ ਜਿਹੜੇ ਕਰ ਰਹੇ ਸੀ, ਔਰ ਸ਼ਹਿਰ ਦੇ ਕੋਲੇ ਏਅਰਫੋਰਸ ਸਟੇਸ਼ਨ ਹੋਣ ਕਰਕੇ ਪੁਲਿਸ ਜਿਹੜੀ ਆ ਜੀ ਉਹ ਉਹਨੂੰ ਤਾਂ ਲੱਭ ਗਿਆ ਜੀ ਮੌਕਾ। ਉਹ ਕਹਿੰਦੇ ਕਿ ਅਸੀਂ ਬੜੇ ਗੰਭੀਰਤਾ ਦੇ ਨਾਲ ਲੈ ਰਹੇ ਹਾਂ, ਕਾਰ ਦਾ ਨੰਬਰ CCTV ਕੈਮਰਿਆਂ ਦੇ ਵਿੱਚ ਕੈਦ ਹੋ ਗਿਆ, ਜਿਹਦੇ ਕਰਕੇ ਇਹ ਤਾਂ ਪਤਾ ਲੱਗ ਗਿਆ ਕਿ ਇਹ ਕੌਣ ਜਿਹੜੇ ਦੀ ਸੀਗੇ। ਇਹ 4 ਲੋਕ ਜਿਹੜੇ ਉਹ ਦੱਸੇ ਗਏ ਆ,
ਇੱਕ ਤਾਂ ਇਹਦੇ ਵਿੱਚ ਜਿਹੜਾ ਜੀ ਦੋ ਈਸਾਈ ਭਾਈਚਾਰੇ ਦੇ ਨਾਲ ਕਿਸ਼ੋਰ ਗਿੱਲ ਨਾਰਦਰਨ ਇੰਡੀਆ ਪਾਸਟਰੋ ਦਾ ਪ੍ਰਧਾਨ ਹੈ, ਉਹਦੇ ਨਾਲ ਰਾਜੀਵ ਗਿੱਲ ਜਿਹੜਾ ਪੰਜਾਬ ਦੇ ਜਿਹੜਾ ਈਸਾਈ ਭਾਈਚਾਰਾ ਉਹਦੇ ਸੈਕਟਰੀ ਆ, ਜਿਹੜਾ ਇੱਥੇ ਪੰਜਾਬ ਦਾ ਬਣਿਆ ਹੋਇਆ ਇਹਨਾਂ ਦਾ ਸੰਗਠਨ। ਇਹਦੇ ਵਿੱਚ ਦੋ ਅਮੈਰੀਕਨ ਨਾਗਰਿਕ ਜਿਹੜੇ ਜੀ ਉਹ ਦੱਸੇ ਗਏ ਆ, ਅਲੇਸ਼ ਜਨਾਥਨ ਤੇ ਹਿਲ ਜਨਾਥਨ, ਇਹ ਉਹਨਾਂ ਦੇ ਨਾਲ ਜਿਹੜੇ ਜੀ ਆਏ ਸੀਗੇ। ਇਹ ਕਿਹਾ ਗਿਆ ਕਿ ਜਿਹੜੇ ਪੁਲਿਸ ਆ ਉਹਨੇ ਪੁੱਛਗਿੱਛ ਕੀਤੀ ਆ, ਔਰ ਇਹ ਵੀ ਕਿਹਾ ਜਾ ਰਿਹਾ ਕਿ ਉਹਨੇ 10 ਮਿੰਟ ਤੱਕ ਇੱਥੇ ਚੱਕਰ ਜਿਹੜਾ ਲਾਏ, ਲੋਕ ਹੈਰਾਨੀ ਦੇ ਨਾਲ ਦੇਖਣ ਲੱਗ ਗਏ। ਫਿਰ ਕਿਸੇ ਨੇ ਜਿਹੜਾ ਸੀਗਾ ਜੀ ਉਹ ਪੁਲਿਸ ਨੂੰ ਫੋਨ ਜਿਹੜਾ ਕਰ ਦਿੱਤਾ। ਲੋਕ ਇਸ ਗੱਲੋਂ ਜਿਹੜਾ ਜੀ ਉਹ ਡਰ ਰਹੇ ਆ ਕਿ ਕੱਲ੍ਹ ਨੂੰ ਤੁਸੀਂ ਦੇਖੋ ਦਹਿਸ਼ਤ ਜਿਹੜੀ ਆਪਾਂ ਅਕਸਰ ਗੱਲ ਕਰਦੇ ਹਾਂ, ਵੀ ਇਹ ਨਾ ਹੋਵੇ ਕਿ ਕੋਈ ਉਹ ਬੰਦੇ ਜਿਹੜੇ ਡਰੋਨ ਦੇ ਵਿੱਚ ਆ ਗਏ ਉਹਨਾਂ ਨੂੰ ਚੱਕਣਾ ਸ਼ੁਰੂ ਕਰ ਦੇ ਕਿ ਇਹ ਤੁਸੀਂ ਇਹਦੇ ਵਿੱਚ ਜਿਹੜਾ ਜੀ ਉਹ ਕਿਉਂ ਆਏ। ਉਹਦਾ ਮਕਸਦ ਕੀ ਸੀਗਾ ਇਹ ਅਜੇ ਤੱਕ ਕਲੀਅਰ ਨਹੀਂ ਹੋ ਸਕਿਆ ਕਿ ਕੀ ਕਾਰਨ ਸੀਗਾ ਕਿ ਉਹਨਾਂ ਨੇ ਉੱਥੇ ਡਰੋਨ ਕਿਉਂ ਉਡਾਇਆ। ਪਰ ਪੂਰੇ ਸਮੁੱਚੇ ਬਰਨਾਲੇ ਦੇ ਵਿੱਚ ਜਿਹੜੀ ਸੀ ਜੀ ਉਹ ਘੰਟਿਆਂ ਬੱਧੀ ਦਹਿਸ਼ਤ ਜ਼ਰੂਰ ਫੈਲੀ ਰਹੀ ਜੀ। ਬਿਲਕੁਲ, ਬਹੁਤ ਜ਼ਿਆਦਾ ਡਰ ਗਏ ਲੋਕ। ਅਤੇ ਅੱਗੇ ਗੱਲ ਕੀਤੀ ਸੀ ਆਪਾਂ ਪੁਲਿਸ ਦੀ, ਥਾਂ ਥਾਂ 'ਤੇ ਪੁਲਿਸ ਨੂੰ ਕੁੱਟ ਪੈ ਰਹੀ ਆ, ਅਤੇ ਪਟਿਆਲੇ ਪੁਲਿਸ ਨੂੰ ਖੁਸਰਿਆਂ ਨੇ ਕੁੱਟਿਆ। ਦੇਖੋ ਜੀ ਇਹ ਐਕਚੁਲੀ ਜਿੱਥੇ ਵੀ ਖਬਰ ਕੋਈ ਆਉਂਦੀ ਆ ਤੇ ਲੋਕ ਜਿਹੜਾ ਨਾ ਜੀ ਕੋਈ ਪੁਲਿਸ ਦੇ ਹੱਕ ਦੇ ਵਿੱਚ ਨਹੀਂ ਜਿਹੜਾ ਜੀ ਉਹ ਖੜ ਰਿਹਾ। ਥਾਂ ਥਾਂ ਦੇ ਉੱਤੇ ਪੁਲਿਸ ਦੇ ਉੱਤੇ ਹਮਲੇ ਜਿਹੜੇ ਜੀ ਉਹ ਜਾਰੀ ਆ, ਲੋਕ ਅੱਕੇ ਹੋਏ ਸਤੇ ਹੋਏ ਤੁਸੀਂ ਕਹਿ ਲਓ ਜੀ, ਜਾਂ ਤਾਂ ਉਹ ਇਹਨਾਂ ਦੇ ਉੱਤੇ ਪੈ ਰਹੇ ਆ। ਸਿਆਸੀਕਰਨ ਇੰਨਾ ਕੁ ਪੁਲਿਸ ਦਾ ਹੋਇਆ, ਪੁਲਿਸ ਨੇ ਇੰਨੀਆਂ ਧੱਕੇਸ਼ਾਹੀਆਂ ਕੀਤੀਆਂ, ਕਰਪਸ਼ਨ ਦਾ ਬੋਲਬਾਲਾ ਹੋ ਗਿਆ, ਜਿਹਦੇ ਕਰਕੇ ਲੋਕਾਂ ਨੂੰ ਸਿੰਪਤੀ ਜਿਹੜੀ ਜੀ ਉਹ ਨਹੀਂ ਨਜ਼ਰ ਆ ਰਹੀ। ਪੁਲਿਸ ਦੇ ਉੱਤੇ ਹਮਲੇ ਲਗਾਤਾਰ ਜਿਹੜਾ ਜੀ ਉਹ ਜਾਰੀ ਨੇ। ਤਰਨ ਤਾਰਨ ਦੇ ਵਿੱਚ ਹਮਲਾ ਹੋਇਆ ਪਿਛਲੇ ਦਿਨੀ, ਹਰਿਆਣੇ ਦੇ ਵਿੱਚ 2 ਦਿਨ ਪਹਿਲਾਂ ਜਿਹੜਾ ਅਜੇ ਹਮਲਾ ਹੋ ਕੇ ਹਟਿਆ ਜੀ, ਇਹ ਪੂਰਾ ਪਿੰਡ ਹੀ ਜਿੱਥੇ ਪੁਲਿਸ ਨੂੰ ਪੈ ਨਿਕਲਿਆ, ਇਹ ਅਜੇ ਸਾਰੇ ਮਾਮਲੇ ਚੱਲ ਹੀ ਰਹੇ ਆ। ਪਟਿਆਲੇ ਦੇ ਵਿੱਚ ਜਿਹੜੇ ਜੀ ਕਿੰਨਰ ਨੇ ਜਿਹੜੇ ਖੁਸਰੇ ਨੇ ਉਹਨਾਂ ਨੇ ਪੁਲਿਸ ਦੀ ਪਾਰਟੀ ਦੇ ਉੱਤੇ ਹਮਲਾ ਕਰਤਾ। ਪਟਿਆਲੇ ਦੇ ਫੁਹਾਰਾ ਚੌਕ ਦੇ ਵਿੱਚ ਨਗਰ ਨਿਗਮ ਦੀ ਜਿਹੜੀ ਟੀਮ ਸੀਗੀ ਉਹ ਨਜਾਇਜ਼ ਕਬਜ਼ਿਆਂ ਦੀ ਕਾਰਵਾਈ ਨੂੰ ਰੋਕਣ ਦੇ ਵਾਸਤੇ ਗਈ ਸੀ। ਇਹਦੇ ਦੌਰਾਨ ਇਹ ਖੁਸਰਿਆਂ ਦਾ ਇੱਕ ਗਰੁੱਪ ਜਿਹੜਾ ਸੀਗਾ ਉਹਨਾਂ ਨੇ ਨਗਰ ਨਿਗਮ ਦੀ ਟੀਮ ਤੇ ਉਹਦੇ ਨਾਲ ਤੈਨਾਤ ਜਿਹੜੀ ਪੁਲਿਸ ਪਾਰਟੀ ਸੀ ਉਹਦੇ ਉੱਤੇ ਹਮਲਾ ਕਰਤਾ। ਹੈਰਾਨੀ ਵਾਲੀ ਗੱਲ ਇਹ ਸੀ, ਜਦੋਂ ਕਬਜ਼ੇ ਹਟਾਉਣ ਗਏ ਹੋ ਤੇ 4 ਬੰਦੇ ਕਿਉਂ ਪੁਲਿਸ ਵਾਲੇ? ਔਰ ਦੂਸਰੇ ਜਿਹੜਾ ਜੀ ਇਹਨਾਂ ਪੁਲਿਸ ਵਾਲਿਆਂ ਦੀ ਬੈਕਅਪ ਦਾ ਕੋਈ ਇੰਤਜ਼ਾਮ ਜਿਹੜਾ ਜੀ ਉਹ ਨਹੀਂ ਹੁੰਦਾ। ਇਹ ਤਕਰੀਬਨ 15 ਮਿੰਟ ਤੱਕ ਜਿਹੜਾ ਸੀਗਾ ਜੀ ਉਹ ਲਗਾਤਾਰ ਹਮਲਾ ਚੱਲਦਾ ਰਿਹਾ। ਔਰ ਜਿਹਨੇ ਵੀ ਕਿੰਨਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਖੁਸਰਿਆਂ ਨੇ ਉਹਨੂੰ ਹੀ ਜਿਹੜਾ ਸੀ ਉਹ ਨਿਸ਼ਾਨਾ ਬਣਾ ਲਿਆ। ਜੋ ਹੱਥ ਦੇ ਵਿੱਚ ਆਇਆ ਲੱਕੜ ਡੰਡਾ ਇੱਟ ਉਹਦੇ ਨਾਲ ਉਹ ਹਮਲਾ ਜਿਹੜਾ ਜੀ ਉਹ ਕਰਦੇ ਰਹੇ। ਨਗਰ ਨਿਗਮ ਦੀ ਲੈਂਡ ਬ੍ਰਾਂਚ ਦੀ ਟੀਮ ਜਿਹੜੀ ਸੀਗੀ ਇੱਥੇ, ਕਿਉਂਕਿ ਸ਼ੁਰੂ ਹੋ ਗਏ ਜੀ ਫੈਸਟੀਵਲ ਸੀਜ਼ਨ, ਮਠਿਆਈਆਂ ਦੀਆਂ ਦੁਕਾਨਾਂ ਤੇ ਉਹਦੇ ਨੇੜੇ ਤੇੜੇ ਜਿਹੜੀਆਂ ਦੁਕਾਨਾਂ ਨੇ ਉਹਦੇ ਉੱਤੇ ਬਾਹਰ ਰੱਖਿਆ ਹੋਇਆ ਸਮਾਨ ਜਿਹੜਾ ਚੁਕਵਾ ਰਹੇ ਸੀ, ਕਿਉਂਕਿ ਟ੍ਰੈਫਿਕ ਦੇ ਵਿੱਚ ਵਿਘਨ ਜਿਹੜਾ ਜੀ ਉਹ ਪੈਂਦਾ। ਉੱਥੇ ਪਰੌਂਠਿਆਂ ਦੀ ਦੁਕਾਨ ਦੇ ਅੱਗੋਂ ਜਦੋਂ ਸਮਾਨ ਚੁੱਕਣ ਲੱਗੇ ਤਾਂ ਇਹ ਘਟਨਾ ਜਿਹੜੀ ਜੀ ਉਹ ਵਾਪਰ ਗਈ। ਅਸਲ ਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੀ ਪਰੌਂਠਿਆਂ ਦੀ ਦੁਕਾਨ ਹੈ ਇਹਦਾ ਜਿਹੜਾ ਮਾਲਕ ਹੈ ਉਹਦੀ ਇਹਨਾਂ ਖੁਸਰਿਆਂ ਦੇ ਨਾਲ ਜਾਣ ਪਛਾਣ ਸੀ। ਜਦੋਂ ਨਗਰ ਨਿਗਮ ਦੀ ਟੀਮ ਨੇ ਦੁਕਾਨ ਦੇ ਅੱਗੇ ਸੜਕਾਂ ਦੇ ਉੱਤੇ ਪਿਆ ਸਮਾਨ ਚੁੱਕਣਾ ਸ਼ੁਰੂ ਕਰਤਾ ਤਾਂ ਇਹਨਾਂ ਨੇ ਤੁਰੰਤ ਜਿਹੜਾ ਸੀ ਪੁਲਿਸ ਪਾਰਟੀ ਦੇ ਉੱਤੇ ਹਮਲਾ ਜਿਹੜਾ ਸੀ ਉਹ ਕਰ ਦਿੱਤਾ। ਫਿਰ ਇਹਨਾਂ ਖੁਸਰਿਆਂ ਦੇ ਹੱਥ ਦੇ ਵਿੱਚ ਇੱਟ ਜਾਂ ਉੱਥੇ ਪਈਆਂ ਕੋਈ ਲੱਕੜ, ਬਾਲਟੀਆਂ, ਮੇਜ਼, ਕੁਰਸੀਆਂ ਜੋ ਆਇਆ ਉਹ ਇਹਨਾਂ ਨੇ ਮਾਰਨਾ ਜਿਹੜਾ ਜੀ ਉਹ ਸ਼ੁਰੂ ਕਰ ਦਿੱਤਾ। ਪੁਲਿਸ ਮੁਲਾਜ਼ਮ ਜਿਹੜੇ ਸੀਗੇ ਜੀ ਉਹ ਭੱਜੇ ਉੱਥੋਂ, ਉਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਜਿਸ ਤਰੀਕੇ ਦਾ ਤਮਾਸ਼ਾ ਇਹਨਾਂ ਜਿਹੜਾ ਜੀ ਉਹ ਉੱਥੇ ਖੁਸਰਿਆਂ ਨੇ ਜਿਹੜਾ ਕੀਤਾ, ਕਿਉਂਕਿ ਇਹਨਾਂ ਦੇ ਵਿੱਚੋਂ ਕੁਝ ਜਿਹੜੇ ਸੀ ਉਹ ਅਰਧ ਲਗਨ ਹੋ ਗਏ ਜੀ। ਲੋਕਾਂ ਨੇ ਵੀਡੀਓਜ਼ ਵੀ ਜਿਹੜੀਆਂ ਜੀ ਬਣਾਈਆਂ, ਜਿਹੜੀਆਂ ਕਿ ਵੀਡੀਓ ਇਸ ਵੇਲੇ ਬਹੁਤ ਵਾਇਰਲ ਜਿਹੜਾ ਜੀ ਸੋਸ਼ਲ ਮੀਡੀਆ ਦੇ ਉੱਤੇ ਹੋਈਆਂ ਹੋਈਆਂ ਨੇ। ਔਰ ਇਹ ਜਿਹੜੇ ਸੀਗੇ ਜੀ ਮੁੜ ਕੇ ਇਹਨਾਂ ਨੇ ਉੱਥੋਂ ਭੱਜਣ ਦੇ ਵਿੱਚ ਜਿਹੜੀ ਸੀ ਉਹ ਭਲਵਾਨ ਸੀ, ਇਹ ਸਮਝੀ। ਇੱਕ ਪਹਿਲਾਂ ਮੋਟਰਸਾਈਕਲ ਲੈ ਕੇ ਨਿਕਲਿਆ ਵੀਡੀਓ ਦੇ ਵਿੱਚ ਦਿਸ ਰਿਹਾ ਜੀ, ਦੂਸਰਾ ਜਿਹੜਾ ਸੀ ਉਹ ਸਕੂਟਰ ਲੈ ਕੇ ਨਿਕਲ ਗਿਆ। ਹੈਰਾਨਗੀ ਵਾਲੀ ਗੱਲ ਜਿਹੜੀ ਜੀ ਇਹ ਰਹੀ ਕਿ ਇਹਨਾਂ ਦੇ ਬੈਕਅਪ ਦੇ ਉੱਤੇ ਜਿਹੜਾ ਜੀ ਉਹ ਕੋਈ ਨਹੀਂ ਉਸੇ ਟਾਈਮ ਦੇ ਉੱਤੇ ਪਹੁੰਚਿਆ। ਬਾਅਦ ਦੇ ਵਿੱਚ ਜਿਹੜੀ ਸੰਬੰਧਿਤ ਥਾਣਾ ਪੈਂਦਾ ਸਿਵਲ ਲਾਈਨ ਦਾ ਉਹਨੂੰ ਜਿਹੜਾ ਜੀ ਸੂਚਿਤ ਕੀਤਾ ਗਿਆ, ਔਰ ਇਹ ਕਿਹਾ ਜਾ ਰਿਹਾ ਕਿ ਕੁਛ ਬੰਦਿਆਂ ਦੇ ਉੱਤੇ ਤੇ ਕੁਛ ਖੁਸਰਿਆਂ ਦੇ ਉੱਤੇ ਜਿਹੜਾ ਜੀ ਉਹ ਮਾਮਲਾ ਦਰਜ ਹੋ ਗਿਆ। ਗ੍ਰਿਫਤਾਰੀਆਂ ਦੀ ਅਜੇ ਲੇਟ ਤੱਕ ਖਬਰ ਜਿਹੜੀ ਉਹ ਨਹੀਂ ਸੀ ਆਈ, ਪਰ ਇੰਨਾ ਜ਼ਰੂਰ ਹੈ ਕਿ ਪੁਲਿਸ ਦੇ ਜਿਹੜੇ ਜੀ ਸ਼ਾਇਦ ਮਾੜੇ ਦਿਨ ਪੰਜਾਬ ਪੁਲਿਸ ਦੇ ਜਿਹੜੇ ਚੱਲ ਰਹੇ ਆ, ਜਿਹਦੇ ਕਰਕੇ ਥਾਂ ਥਾਂ ਦੇ ਉੱਤੇ ਉਹ ਹਮਲਿਆਂ ਦਾ ਸ਼ਿਕਾਰ ਜਿਹੜਾ ਜੀ ਉਹ ਹੋ ਰਹੀ ਆ। ਔਰ ਜੇ ਇਹਦੇ ਉੱਤੇ ਤੁਰੰਤ ਕੋਈ ਕਾਰਵਾਈ ਜਿਹੜੀ ਜੀ ਉਹ ਨਹੀਂ ਹੁੰਦੀ, ਸੀਨੀਅਰ ਆਫਿਸਰ ਜਿਹੜੇ ਆ ਜੀ
ਉਹ ਲੋਕਾਂ ਦਾ ਵਿਸ਼ਵਾਸ ਨਹੀਂ ਜਿੱਤਦੇ ਤਾਂ ਇਹ ਜਿਹੜੇ ਪੁਲਿਸ ਦੇ ਉੱਤੇ ਹੋ ਰਹੇ ਹਮਲੇ ਆ ਜੀ ਬਿਨਾਂ ਕਿਸੇ ਸ਼ੱਕ ਦੇ ਇਹ ਗੰਭੀਰ ਸਥਿਤੀ ਦੇ ਵਿੱਚ ਜਾ ਸਕਦੇ ਆ। ਬਿਲਕੁਲ ਜੀ, ਪੁਲਿਸ ਵੱਲੋਂ ਕੀਤੀਆਂ ਜਾਂਦੀਆਂ ਵਧੀਕੀਆਂ ਵੀ ਜਿਹੜੀਆਂ ਬਹੁਤ ਬੁਰੀਆਂ ਆ, ਇਹਨਾਂ ਨੇ ਬਹੁਤ ਲੋਕਾਂ ਨੂੰ ਦੇਖਿਆ ਨੇ, ਜਿੱਥੇ ਦੇਖ ਲੈਂਦੇ ਢਾ ਲੈਂਦੇ ਆ, ਹੁਣ ਇਹਨਾਂ ਦੇ ਨਾਲ ਉਹ ਕੁਛ ਹੋ ਰਿਹਾ। ਅਤੇ ਅੱਗੇ ਮੱਧ ਪ੍ਰਦੇਸ਼ ਦੀ ਅਖੀਰ ਦੇ ਵਿੱਚ ਗੱਲ ਕਰਦੇ ਹਾਂ, ਉਸ ਸਰਕਾਰ ਨੇ ਵਿਆਹ ਦਾ ਸਰਟੀਫਿਕੇਟ ਬਣਾਉਣ ਦੇ ਲਈ ਕੋਈ ਅਨੋਖੀ ਜਿਹੀ ਸੈਲਫੀ ਮੰਗੀ। ਮੱਧ ਪ੍ਰਦੇਸ਼ ਸਰਕਾਰ ਨੇ ਜੀ ਜਿਹੜੀ ਇੱਕ ਕੰਨਿਆ ਵਿਆਹ ਨਿਕਾਹ ਯੋਜਨਾ ਬਣਾਈ ਆ, ਔਰ ਇਹਦੇ ਤਹਿਤ ਜਿਹੜੀ ਵਿਆਹੰਦੜ ਕੁੜੀ ਆ ਉਹਨੂੰ 51,000 ਰੁਪਈਏ ਦੇਣ ਦਾ ਐਲਾਨ ਕੀਤਾ। ਪਰ ਇਹਦੇ ਨਾਲ ਇੱਕ ਅਜੀਬ ਇੱਦਾਂ ਦੀ ਸ਼ਰਤ ਜਿਹੜੀ ਆ ਜੀ ਉਹ ਲਾ ਦਿੱਤੀ ਆ, ਜਿਹੜੀ ਕਿ ਸਾਰੀ ਉਮਰ ਜਿਹੜਾ ਵਿਆਹ ਕਰਾਉਣ ਵਾਲਾ ਉਹਨੂੰ ਉਹ ਪਰੇਸ਼ਾਨ ਕਰਦੀ ਰਹਿ ਸਕਦੀ ਆ। ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜਾ ਲਾੜਾ ਆ ਉਹਨੂੰ ਟੋਇਲਟ ਦੇ ਵਿੱਚ ਖੜੇ ਹੋ ਕੇ ਸੈਲਫੀ ਲੈ ਕੇ ਅਰਜ਼ੀ ਲਾਉਣੀ ਪਊਗੀ। ਯਾਰ ਮੱਧ ਪ੍ਰਦੇਸ਼ ਦੀ ਸਰਕਾਰ ਜਿਹੜੀ ਆ ਜੀ ਉਹ ਇਹ ਸੋਚਦੀ ਆ ਕਿ ਉੱਥੇ ਜਿਹੜੇ ਵਿਆਹੀ ਜਾਣਾ ਕੁੜੀ ਉਹਦੇ ਵਾਸਤੇ ਟੋਇਲਟ ਦਾ ਪ੍ਰਬੰਧ ਹੈਗਾ ਕਿ ਨਹੀਂ ਹੈਗਾ। ਪਰ ਇਹ ਜਿਹੜੀ ਪਿਕਚਰ ਆ ਇਹ ਦੇਣੀ ਪੈਣੀ ਆ ਜੀ ਜਦੋਂ ਉਹਦਾ ਸਰਟੀਫਿਕੇਟ ਲੈਣਾ, ਔਰ ਉਹ ਸਰਟੀਫਿਕੇਟ ਬਣਨ ਤੋਂ ਬਾਅਦ ਇਹ 51,000 ਰੁਪਈਆ ਜਿਹੜਾ ਜੀ ਉਹ ਉਹਦੇ ਅਕਾਊਂਟ ਦੇ ਵਿੱਚ ਆਊਗਾ। ਇਹ ਜਿਹੜੀ ਸਰਕਾਰੀ ਯੋਜਨਾ ਇਹਦਾ ਫਾਇਦਾ ਲੈਣ ਵਾਲੇ ਜਿਹੜੇ ਲਾੜੇ ਨੇ ਉਹਨਾਂ ਦੇ ਵਾਸਤੇ ਇਹ ਇੱਕ ਇਸ ਤਰ੍ਹਾਂ ਦਾ ਪ੍ਰੀ ਵੈਡਿੰਗ ਸ਼ੂਟ ਜਿਹੜਾ ਜੀ ਸਾਬਤ ਹੋ ਰਿਹਾ, ਜਿਹੜਾ ਕਿ ਉਹਨਾਂ ਨੂੰ ਪੂਰੀ ਉਮਰ ਭਰ ਜਿਹੜਾ ਜੀ ਉਹ ਯਾਦ ਰਹਿ ਸਕਦਾ। ਅਧਿਕਾਰੀ ਕਿਤੇ ਵੀ ਟੋਇਲਟ ਚੈੱਕ ਕਰਨ ਦੇ ਵਾਸਤੇ ਨਹੀਂ ਜਾਂਦੇ, ਉਹ ਲਾੜੇ ਤੋਂ ਮੰਗ ਕਰਦੇ ਆ ਕਿ ਠੀਕ ਆ ਤੁਸੀਂ ਇਹਦੇ 51,000 ਰੁਪਈਏ ਦੇ ਵਾਸਤੇ ਅਪਲਾਈ ਕਰੋ, ਟੋਇਲਟ ਦੇ ਵਿੱਚ ਖਿੱਚੀ ਗਈ ਸਟੈਂਡਿੰਗ ਸੈਲਫੀ ਅਰਜ਼ੀ ਨਾਲ ਜਿਹੜੀ ਲੱਗੀ ਹੋਣੀ ਚਾਹੀਦੀ ਆ। ਲਾੜਿਆਂ ਨੂੰ ਜਿਹੜੀ ਜੀ ਸ਼ਰਮਿੰਦਾ ਕਰਨ ਵਾਲੀ ਇਹ ਸ਼ਰਤ ਜਿਹੜੀ ਆ ਪੇਂਡੂ ਇਲਾਕਿਆਂ ਦੇ ਲਾੜਿਆਂ ਦੇ ਵਾਸਤੇ ਹੀ ਨਹੀਂ ਆ, ਭੋਪਾਲ ਨਗਰ ਨਿਗਮ ਦੇ ਅਧਿਕਾਰੀ ਵੀ ਇਸ ਤਰ੍ਹਾਂ ਦੀ ਸੈਲਫੀਆਂ ਦੀ ਮੰਗ ਜਿਹੜੀ ਆ ਜੀ ਉਹ ਕਰ ਰਹੇ ਆ। ਭੋਪਾਲ ਦੇ ਜਹਾਂਗੀਰਬਾਦ ਦੇ ਜਿਹੜਾ ਇੱਕ ਨੌਜਵਾਨ ਆ ਜੀ ਉਹ ਇਹ ਕਹਿੰਦਾ ਕਿ ਸੋਚੋ ਕਿ ਮੈਰਿਜ ਸਰਟੀਫਿਕੇਟ ਤੇ ਲਾੜੇ ਦੀ ਇਸ ਤਰ੍ਹਾਂ ਦੀ ਫੋਟੋ ਲੱਗੂਗੀ ਜਿਹਦੇ ਵਿੱਚ ਉਹ ਟੋਇਲਟ ਦੇ ਅੰਦਰ ਜਿਹੜਾ ਜੀ ਉਹ ਖੜਾ। ਉਹ ਕਹਿੰਦਾ ਕਿ ਮੈਨੂੰ ਇਹ ਦੱਸਿਆ ਗਿਆ ਕਿ ਕਾਜ਼ੀ ਉਦੋਂ ਤੱਕ ਨਿਕਾਹ ਨਹੀਂ ਪੜੂਗਾ ਜਦੋਂ ਤੱਕ ਉਹਨੂੰ ਇਹ ਫੋਟੋ ਜਿਹੜੀ ਜੀ ਮੈਂ ਨਹੀਂ ਦਊਂਗਾ। ਇਹ ਨੌਜਵਾਨ ਨੇ ਉਹਨਾਂ 74 ਲਾੜਿਆਂ ਦੇ ਵਿੱਚ ਸ਼ਾਮਿਲ ਸੀਗਾ ਜਿਹਨਾਂ ਦਾ 10 ਅਕਤੂਬਰ ਨੂੰ ਭੋਪਾਲ ਦੀ ਸੈਂਟਰਲ ਲਾਇਬ੍ਰੇਰੀ ਦੇ ਵਿੱਚ ਜਿਹੜਾ ਜੀ ਸਮੂਹਕ ਵਿਆਹ ਹੋਇਆ ਸੀਗਾ। ਉੱਧਰ ਜਿਹੜਾ ਸਮਾਜੀ ਨਿਆਂ ਤੇ ਜਿਹੜਾ ਕਲਿਆਣ ਵਿਭਾਗ ਹੈ ਉਹਦੇ ਜਿਹੜਾ JN ਕੰਸੋਟੀਆ ਉਹ ਕਹਿੰਦਾ ਕਿ ਇਸ ਤਰ੍ਹਾਂ ਦੀ ਸੈਲਫੀ ਮੰਗਣੀ ਗਲਤ ਚੀਜ਼ ਨਹੀਂ। ਟੋਇਲਟ ਦੀ ਸ਼ਰਤ ਜਿਹੜੀ ਆ 2013 ਤੋਂ ਲਾਗੂ ਆ, ਪਰ ਸੈਲਫੀ ਦੀ ਸ਼ਰਤ ਜਿਹੜੀ ਜੀ ਉਹ ਕੁਛ ਸਮਾਂ ਪਹਿਲਾਂ ਇੱਥੇ ਲਾਗੂ ਕੀਤੀ ਗਈ ਆ। ਖੜੋ ਕੇ ਟੋਇਲਟ ਦੇ ਵਿੱਚ ਜਿਹੜੀ ਜੀ ਉਹ ਸੈਲਫੀ ਜਿਹੜੀ ਖਿੱਚੀ ਹੋਈ ਉਹ ਹੀ ਇਹਨਾਂ ਦੇ ਜਿਹੜੇ ਵਿਆਹ ਦਾ ਸਰਟੀਫਿਕੇਟ ਆ ਉਹਦੇ ਉੱਤੇ ਲੱਗਣੀ। ਦੇਖੋ ਜੀ ਇਹ ਅਲੱਗ ਤਰ੍ਹਾਂ ਦਾ ਹੀ ਸਬੂਤ ਮੰਗਿਆ ਜਾ ਰਿਹਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨਾ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਰਹੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।